Hey guys, this is Tejveer Singh and I welcome you back to my channel which is Dr. Tej Vlogs. ਕੀ ਹਾਲ ਚਾਲ ਨੇ ਬਾਈ ਜੀ ਤੁਹਾਡੇ ਸਾਰਿਆਂ ਦੇ? ਆਲ ਗੁੱਡ। ਸੋ ਬਾਈ ਜੀ ਅੱਜ ਦਾ ਕੀ ਪਲਾਨ ਹੋ ਗਿਆ? ਐਂਡ ਸੌਰੀ ਫੋਰ ਦਿਸ, ਅਤੇ ਕਿਉਂਕਿ ਮੈਂ ਹੁਣੇ ਬਸ ਨੈਪ ਲੈ ਕੇ ਹਟਿਆ ਸੀਗਾ। ਐਕਚੁਅਲੀ ਟੁਡੇ ਸੰਡੇ ਅਤੇ ਬਹੁਤ ਯੂਨੋ ਅੱਜ ਫਾਰਮ ਫੂਮ 'ਤੇ ਗਏ ਸੀਗੇ ਅਤੇ ਜਾ ਕੇ ਦੋ ਚਾਰ ਕੰਮ ਕੀਤੇ ਨੇ, ਕਾਫੀ ਥੱਕ ਗਿਆ ਸੀ ਅਤੇ ਜਦੋਂ ਮੈਂ ਵਾਪਸ ਆਇਆ ਫਿਰ ਮੈਂ ਆ ਕੇ ਸੌਂ ਗਿਆ ਥੋੜ੍ਹੀ ਦੇਰ, ਅਤੇ ਹੁਣ ਰੈਸਟ ਕਰਨ ਤੋਂ ਬਾਅਦ ਬਸ ਹੁਣੇ ਉੱਠਿਆ ਹੀ ਹਾਂ। ਅਤੇ ਮੈਨੂੰ 2 ਮਿੰਟ ਦਿਓ, ਮੈਂ ਦਸਤਾਰ ਬੰਨਾਂ ਅਤੇ ਹੁਣੇ ਤੁਹਾਨੂੰ ਮਿਲਦੇ ਹਾਂ। ਬਾਈ ਜੀ ਰੈਡੀ ਹੋ ਗਏ ਹਾਂ ਅਤੇ ਹੁਣ ਟਾਈਮ ਹੋ ਗਿਆ ਸ਼ਾਮ ਦਾ ਅਤੇ ਸ਼ਫੀਗੜੀ ਨੇ ਹੁਣ ਘੁੰਮਣ ਜਾਣਾ, ਅਤੇ ਹੁਣ ਸ਼ਫੀਗੜੀ ਨੂੰ ਘੁੰਮਾਉਣ ਲਈ ਮੈਂ ਕਰੂੰਗਾ ਜਾਬੇ ਨੂੰ ਕਾਲ। ਐਕਚੁਅਲੀ ਮੇਰੇ ਕੋਲ 2 ਡੌਗਸ ਨੇ, ਸ਼ਫੀ ਅਤੇ ਕੇਡੀ। This is Mr. Shafi and this is Mr. Kiddu. ते जा भाई आ गए, ते नाल आ गई सिमरी। ओए कमाल हुंदे आ साले, जोर बहुत है ना जी भाई। घूमन जाने लई भाई इत्थे ना रस्ते डॉगी आने आ बहुत, ते इन्हां ने आपस लड़ पैना, नेड़े नेड़े रहो भाई। इत्थे ना साडी गली च हैगे डॉग्स बहुत, ते ये आपस लड़ पैंदे इक दूजे नाल। साडे वाले दी थोड़ी जी बदमाशी है वैसे, ते ओह बेचारे साहू जी आ जिहड़ा भाई कोल आ रहा ये ज़्यादा खतरनाक है। मैं की सोचा असी 15 दिन डेली ब्लॉगिंग करके देखते हैं, ठीक है, ਫੋਰ ਨੈਕਸਟ 15 ਡੇਜ਼ ਕੰਜੈਕਟਿਵ। ਓਕੇ, ਮਤਲਬ ਭਾਰੀ ਭਾਰੀ ਵਰਡ ਦੇਖ ਲਓ ਤੇ ਟੂ ਮਚ ਅਗਰੀ। ਯੈਸ, ਮਤਲਬ ਕੰਨੀ ਹੱਥ ਲਵਾ ਲਈ। ਕੀ ਕਿਹਾ ਸੀ ਮੈਂ ਲਾਸਟ ਟਾਈਮ? ਕਿਹੜੀ ਹੈਵੀ ਇੰਗਲਿਸ਼? ਹਾਰਡਕੋਰ ਇੰਗਲਿਸ਼। ਹਾਰਡਕੋਰ, ਯਾ ਵੈਰੀ ਹਾਰਡਕੋਰ ਇੰਗਲਿਸ਼ ਬਾਈ। ਤੇ ਮਤਲਬ ਮੈਂ ਵੀ ਸਿੱਖ ਰਿਹਾ ਹਾਂ ਇੰਗਲਿਸ਼, ਮੈਨੂੰ ਇਹਦੀ ਆਉਂਦੀ ਨਹੀਂ ਹੈ। ਤੇ ਬਾਈ ਹੁਣ ਅਸੀਂ ਕਰਨ ਲੱਗੇ ਹਾਂ 15 ਦਿਨ ਦੀ ਡੇਲੀ ਵਲੌਗਿੰਗ, ਠੀਕ ਹੈ? ਤੇ ਕਰ ਮਾਮਾ ਕਰਨਾ, ਉਹ ਵੀ ਪਰੇਸ਼ਾਨ ਹੋ ਗਏ, ਹਮ ਵੀ ਪਰੇਸ਼ਾਨ ਹੋ ਗਏ, ਤੋ ਕਰਨਾ ਉਹ ਕਰੇਂਗੇ ਕਿਉਂਕਿ ਆਪਾਂ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ, ਮਤਲਬ ਬੜੀ ਹੋਮਲੀ ਜੀ ਫੀਲਿੰਗ ਆ ਰਹੀ ਹੈ, ਤਾਂ ਕਰਕੇ ਮੈਂ ਪੁੱਛ ਰਿਹਾ ਸਿਰਫ ਕਿ ਇੱਦਾਂ ਕਰੋ, ਮੈਨੂੰ ਦੱਸੋ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ, ਮਤਲਬ ਬੇਸਿਕਲੀ ਉਹਨਾਂ ਮੁੱਦਿਆਂ 'ਤੇ ਆਪਾਂ ਗੱਲਬਾਤ ਕਰਿਆ ਕਰੀਏ। ਗੰਦੀ ਸੋਚ, ਗੰਦੇ ਲੋਕ ਬਾਈ, ਮੈਂ ਸਿਮਰ ਤੇ ਬਰਾਉਨੀ ਹੱਸ ਰਿਹਾ ਹਾਂ। ਚਲ ਰਾਵਣ, ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ, ਕਿਹੜੀ ਕਿਹੜੀ ਐਕਟੀਵਿਟੀਜ਼ ਦੇਖਣਾ ਚਾਹੁੰਦੇ ਹੋ ਆਪਾਂ ਉਹ ਚੀਜ਼ਾਂ। ਫਿਰ ਹੱਸ ਰਿਹਾ, ਗੰਦੀ ਔਲਾਦ, ਦੇਖੋ ਇਹ ਸ਼ਕਲ ਦੇਖੋ ਤੇ ਦੱਸੋ ਇਹ ਹੱਸ ਰਿਹਾ ਕਿ ਨਹੀਂ ਹੱਸ ਰਿਹਾ। ਓਏ ਆ, ਮੈਂ ਝੂਲੇ ਤੋਂ ਹੁਣੇ ਦਿਲ ਤਾਂ ਮੰਮੇ। ਤੇ ਬਾਈ ਇਦਾਂ ਕਰਦੇ ਆ ਤੁਸੀਂ ਸਾਨੂੰ? ਬਾਈ ਮੈਨੂੰ ਭੁੱਖ ਲੱਗੀ ਆ, ਕੱਟ ਯਾਰ। ਓ ਯਾਰ ਗੱਲ ਖਤਮ ਕਰ ਲੈਂਦੇ ਯਾਰ, ਮੈਨੂੰ ਚੱਲੀ ਅੰਦਰ ਅੰਦਰ ਗੱਲ ਖਤਮ ਕਰ ਲੈਂਦੇ, ਗੱਲ ਕਰ ਲਈ ਮੰਮਾ। 1 ਮਿੰਟ ਆਇਓ ਯਾਰ, ਉਹ ਆ ਜਾਓ ਯਾਰ, ਉਹ 1 ਮਿੰਟ ਆਇਓ ਯਾਰ, ਉੱਠ ਗਿਆ ਆਪ ਚਾਚਾ। ਓਏ ਬਾਈ ਮੇਰੇ ਹੱਥ 'ਚ ਕੈਮਰਾ ਯਾਰ, ਤੇ ਤੂੰ ਸਾਂਭ ਲਿਆ ਨਾ, ਮੈਨੂੰ ਤੇ ਪੂਰਾ ਭਰੋਸਾ, ਕੁਦਰਤੀ ਬਚ ਗਿਆ, ਪੂਰਨ ਭਰੋਸਾ। ਮੈਂ ਥੱਲੇ ਗਿਆ ਸੀ ਹੁਣੇ। ਹਾਂਜੀ ਮੰਮਾ, ਹਾਂਜੀ 2 ਮਿੰਟ ਐਪਰ ਉਤਾਰੋ ਤੇ ਸਾਡੇ ਨਾਲ ਗੱਲ ਕਰੋ। ਹਾਂ ਪਹਿਲਾਂ ਤਾਂ 2 ਆਸ਼ੀਰਵਾਦ ਆ ਨਾ ਮੰਮਾ, ਜਿੰਦਾ ਰਹਿ ਜਰਾ। ਓਏ ਜਾ ਥੱਲੇ ਹੋ ਗਿਆ ਸੀ। ਤੇ ਅੱਛਾ ਮੈਨੂੰ ਇਦਾਂ ਦੱਸੋ, ਅਸੀਂ ਸੋਚ ਰਹੇ ਹਾਂ ਡੇਲੀ ਵਲੌਗਿੰਗ ਕਰਨ ਦਾ, ਠੀਕ ਹੈ? ਤੇ ਤੁਹਾਨੂੰ ਕੀ ਲੱਗਦਾ ਅਸੀਂ ਕਿਹਨਾਂ ਟੌਪਿਕਸ ਤੇ ਡੇਲੀ ਵਲੌਗਿੰਗ ਕਰ ਸਕਦੇ ਹਾਂ, ਕੀ ਕੀ ਦਿਖਾ ਸਕਦੇ ਆਪਾਂ? ਹਰ ਟੌਪਿਕ ਤੇ ਕਰਨਾ ਚਾਹੀਦਾ ਬੱਚੇ, ਲਾਈਕ ਐਗਜ਼ਾਮਪਲ, ਲਾਈਕ ਕਿਸਾਨਾਂ ਤੇ, ਕਰੋਨਾ ਤੇ, ਇਨਵਾਇਰਮੈਂਟ ਤੇ ਗੱਲਾਂ ਕਰਕੇ ਕਰਨਾ ਚਾਹੀਦਾ ਬੱਚੇ। ਇਹਨਾਂ ਗੱਲਾਂ ਤੇ ਨਾ ਆ ਜਿਹੜਾ ਬੰਦਾ ਬੈਠਾ ਆ ਦੇਖੋ, ਇਹ ਆਪਣੇ ਕੰਨ ਜੇ ਬੰਦ ਕਰਨ ਲਾ ਜਾਂਦਾ, ਇਹਨੇ ਹੁਣ ਵੀ ਛਾਤੀ ਤੇ ਹੱਥ ਰੱਖਿਆ ਹੋਇਆ। ਇਹ ਐਕਚੁਅਲੀ ਡਰਦਾ ਬਹੁਤ ਹੈ ਪੋਲੀਟੀਕਲ ਮੁੱਦਿਆਂ ਤੋਂ, ਤੇ ਇਹਨੂੰ ਇਦਾਂ ਹੋ ਜਾਂਦਾ ਕਿ ਜੇ ਕਿਸੇ ਨੇ ਕਿਸਾਨੀ ਦੀ ਗੱਲ ਕਰ ਲਈ ਜਾਂ ਕਰੋਨਾ ਦੀ ਗੱਲ ਕਰ ਲਈ। ਕਿਸਾਨੀ ਦੀ ਗੱਲ ਤਾਂ ਮੈਂ ਕਦੇ ਨਹੀਂ ਕਿਹਾ, ਮੈਂ ਕਰੋਨਾ ਦੇ ਕਿਹਾ ਸੀ। ਨਹੀਂ ਅਸੀਂ ਕਿਸਾਨ ਹੈ, ਕਿਸਾਨੀ ਤੇ ਕਰਨੀ ਚਾਹੀਦੀ ਹੈ, ਕਿਸਾਨੀ ਦੀ ਗੱਲ ਕਰਦੇ। ਇਹਨਾਂ ਮੁੱਦਿਆਂ ਤੇ ਕੌਣ ਬੋਲੇਗਾ ਜੇ ਤੁਸੀਂ ਯੰਗ ਜਨਰੇਸ਼ਨ ਨਹੀਂ ਬੋਲੀ, ਤਾਂ ਸਪੋਰਟ ਬਜ਼ੁਰਗਾਂ ਨੂੰ ਕੌਣ ਕਰੇਗਾ? ਪਹਿਲਾਂ ਇਹ ਦੱਸੋ, ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਹਾਂ ਦੇਖ ਰਹੇ ਹੋ, ਗੱਲ ਸੁਣਨਾ ਮੇਰੀ, ਹੋਈ ਮਤਲਬ ਮੈਂ ਕਿਹਨੂੰ ਕਹਿ ਰਿਹਾ, ਤੁਸੀਂ ਸੋਚ ਲਓ, ਸਮਝ ਲਓ। ਅਗਲਾ ਤਾਂ ਤੇਰੀ ਵੀਡੀਓ ਦੇਖ ਰਿਹਾ ਬਾਈ, ਦੇਖੂਗਾ, ਬਿਲਕੁਲ ਦੇਖੂਗਾ, ਆਪਾਂ ਦਿਖਾਵਾਂਗੇ, ਆਪਾਂ ਦਿਖਾਵਾਂਗੇ, ਆਪਾਂ ਟੈਗ ਕਰਾਂਗੇ।
@PMO अच्छा पहला भाई चप्पल देख अपनी ओ भाई मेरे क्रॉक्स दा हाल देखो की कीते ने ओए आ गई हो रहा छड छड ओए ब्राउनी ब्राउनी छड़ दे पुत ओए ब्राउनी चल आ भी ले जा ले ले आ भी ले जा शेड्यूल पास्टन जो अमीर है तो उदी कट के गरीबा नु मिलनी चाहिदी चाहे वो जर्नल चाहे वो थोड़ा एससी है चाहे वो बीसी है जेड़ा भी है ठीक है सारे इक्वल होने चाहिए हैं जर्नल लाने नु क्यों छड्या जांदा एमसी भी चलूंगी उना दे केड़े कुछ और है हूँ असं बना लगे बाई बाई दी रेडी टू ईट बेलपुरी एक मिनट नाम लिखो ले भाई नहीं तो उन्होंने कहना ब्रांड की प्रपोजल कर रहे अभी नहीं कर रहे गल तुलना मेरी अल्दी राम चलो भाई असं हूँ तुम्हें बेलपुरी बना के दिखाने सो गाइस वेलकम टू तेज की रसोई जिथे अज तक कद भी कोई भी डिश पूरी नहीं हुई ओह माय गॉड इट राइम्स या ओके बेलपुरी बनाने लिए सब तो पहला तुम्हें की करना है यू नीड अ प्लेट एंड यू नीड अ बोल ते दो बंदे तुम्हारे को सपोर्टिंग पीछे होने चाहिए काफी हैवी रेसिपी डिश हौसला बनाई रख यस ते हुण जी पैकेट खोलना है तुम तो बड़े हैवी कुको शेफो तो दूसरे इसको हम बाद में ऊपर से डाल देंगे ओ हेलो कितना तुसी बिच हाथ मार मार के खाई जाने हो शर्म नहीं आता हूँ बिच ना रख दे गाइस इट्स चटनी की टाइम सॉरी ज्यादा बह गया सी मैं फैल गया सी ज्यादा मैं ए पाउडर होली स्मोक्स कला मैं नहीं फैलिया पैकेट भी फैल गया नाले यस कुछ भी नहीं होता विप क्रीम होती है मेरी इंग्लिश ना बहुत ज्यादा है ओए इकट्ठी मिली मिल मिल जांदी है ओ इकट्ठी मिली जांदी है टिप टिप बस देखी माधुरी दीक्षित पा दे पानी बस दैट्स इट फिर तो ना सू शेफ आऊगा मास्टर शेफ ਦੇ ਨਾਲ ਦਾ ਛੋਟਾ ਸ਼ੈਫ ਚਲੋ ਬੇਟਾ ਅਬਾ ਵਿੱਚ ਮੋਟਾ ਬਾਈ ਹਲੇ ਇਹ ਕੰਸਿਸਟੈਂਸੀ ਦੇਖ ਲਓ ਵਿੱਚ ਕੁਝ ਨਹੀਂ ਦਿਖਿਆ ਦੁਬਾਰਾ ਦਿਖਾਓ ਚਲੋ ਦੁਬਾਰਾ ਉਹ ਦੁਕਾਨ ਦੇ ਚੱਕਰ ਚ ਗਰਵਾਨ ਲੈ ਤੂੰ ਬਾਈ ਆ ਦੇਖੋ ਤੁਹਾਨੂੰ ਆ ਆ ਦਿਖ ਰਿਹਾ ਆ ਦਿਖ ਰਿਹਾ ਕੁਝ ਨਹੀਂ ਦਿਖ ਰਿਹਾ ਨਾ ਆਹੀ ਦਿਖਾ ਇਸ ਕੰਸਿਸਟੈਂਸੀ ਕੰਸਿਸਟੈਂਸੀ ਯੂ ਇਡੀਅਟ ਮੇਰੇ ਸੂ ਸ਼ੈਫ ਦੇਖੋ ਮੇਰੀ ਇੰਗਲਿਸ਼ ਵੀ ਫਰਦਾ ਸ਼ਾਬਾਸ਼ ਤੇ ਐਦਾਂ ਦੇ ਬੰਦੇ ਤੁਸੀਂ ਪਾਂਡੇ ਦਾ ਪੜਦਾ ਇਹ ਇੰਗਲਿਸ਼ ਵੀ ਪੜਦਾ ਐਦਾਂ ਦੀ ਸਪੈਸ਼ਲ ਡਿਸ਼ ਬਣਾਉਣ ਲਈ ਤੁਹਾਨੂੰ ਐਦਾਂ ਦੇ ਸੂ ਸ਼ੈਫ ਨਾਲ ਰੱਖਣੇ ਪੈਣਗੇ ਤੇ ਜਿਨ੍ਹਾਂ ਕੋਲ ਵਿਸਕਰ ਨਹੀਂ ਹੈ ਚਮਚ ਨਾਲ ਲਾ ਲਓ ਯਾਰ ਉਂਗਲ ਯੂਜ਼ ਕਰ ਸਕਦੇ ਉਹ ਗਾਇ ਸਾਡੀ ਟਾਕਸ ਇਦਾਂ ਹੀ ਚੱਲਦੀਆਂ ਰਹਿਣੀਆਂ ਤੁਸੀਂ ਤਾਂ ਸਾਨੂੰ ਪੰਜ ਬੰਦ ਕਰ ਅਬ ਦੁਬਾਰਾ ਵਾਪਸ ਆ ਕੇ 5 ਮਿੰਟ ਦਾ ਅਲਪ ਵਿਰਾਮ ਮਿਲਦੇ ਆ 5 ਮਿੰਟ ਤੋਂ ਬਾਅਦ ਜਦੋਂ ਇਹ ਕੰਸਿਸਟੈਂਸੀ ਇਹਦੀ ਰੈਗੂਲਰ ਐਂਡ ਐਪਰੋਪ੍ਰੀਏਟ ਹੋ ਗਈ ਫਿਰ ਮਰਦਾ ਮੈਨੂੰ ਨਾ ਬਾ ਭਾਈ ਨਾਓ ਯੂ ਨੀਡ ਟੂ ਐਨ ਨੂੰ ਆਪਾਂ ਕੋਸ ਕਰ ਲੈਣਾ ਹੈ ਆਰੂ ਨੂੰ ਫਟੂ ਆਰੂ ਜਨਰੇਟਰ ਚਲਾਈਏ ਹੁਣ ਦਿਖ ਨਹੀਂ ਰਿਹਾ ਦੀਦੀ ਹਾਂ ਸਟੈਂਡ ਬਣ ਵੈਰੀ ਗੁੱਡ ਜਨਰੇਟਰ DJ Hor Oh, wait a second. DJ, put your hands up in the air. Da, da. Oh, Master Chef Nishani, what a finely chopped onions we have got here for ourselves. Chhote bhi, call le gaya. Very intelligent. Ek baar nawa sikha hai na, jame. Chhote ji sikha. Main actually Master Chef Switzerland dekh raha si. ਪਤਾ ਨਹੀਂ ਆਂਦਾ ਨਹੀਂ ਕਿ ਨਹੀਂ ਤੀਜੇ ਤੋਂ ਆਸਟ੍ਰੇਲੀਆ ਕਹਿੰਦਾ ਤੇਰਾ ਕੀ ਬਿਲ ਆਉਣ ਲੱਗਿਆ ਸੀ ਉਹ ਤਾਂ ਸਾਰੇ ਹੀ ਦੇਖਦੇ ਆ
मैं कुछ दुनिया तो हट के करना चाहना। ये मास्टर शेफ संगरूर देख रहे हैं। आपां हुण सारे इनग्रीडियंट्स विच पा चुके हैं। प्याज कट ले आ, ग्रीन चिली रही कटनी ते ग्रीन चिली एदे विच नहीं कट होगी, एदे विच आपां सिर्फ टमाटर कटने भाई। टमाटर कैन यू फील द बीट फील द बीट या धूप दिखा। वाह दीज आर परफेक्टली टमेटो रदे अम्मा उई इटालियनो इटालियनो टमाटो तैयार है। हुण आपां की करना है, सब तो पहले तो कैमरा पिछे रखो, दूजा हुण हौसला रखो, ते तीजा तुसीं हुण की करना है, पुट सम अनियंस इन इट, फाइनली चॉप्ड अनियंस तुसीं विच ऐड करने आ। ਇਹਦੇ ਤੋਂ ਬਾਅਦ ਤੁਸੀਂ ਟਮੇਟੋਜ਼ ਐਡ ਕਰਨੇ ਆ, ਜਿੱਦਾਂ ਕਿ ਜਦੋਂ ਤੁਸੀਂ ਯੂਕੇ ਤੋਂ ਆਏ ਹੁੰਦੇ ਉੱਦਾਂ ਐਡ ਕਰਨੇ ਆ। ਫਿਰ ਤੁਸੀਂ ਵਿੱਚ ਪਾਉਣੀ ਆ ਜਿਹੜੀ ਆਪਾਂ ਚਟਨੀ ਤਿਆਰ ਕੀਤੀ ਆ, ਆਪਾਂ ਇੱਦਾਂ ਵਿੱਚ ਪਾਉਣੀ ਆ, ਵਿੱਚ ਪਾ ਕੇ ਉਹ ਤੋਂ ਬਾਅਦ ਆਪਾਂ ਸਪੂਨ ਨਾਲ ਉਥਲ ਪੁਥਲ ਕਰ ਦੇਣਾ ਇਹਨੂੰ, ਇਸ ਕੀ ਜ਼ਿੰਦਗੀ ਤਬਾਹ ਕਰ ਦੇਣੀ ਆ। ਦੈਨ ਯੂ ਹੈਵ ਟੂ ਐਡ ਗ੍ਰੀਨ ਚਿਲੀਜ਼, ਮੈਂ ਵੈਸੇ ਬਾਅਦ 'ਚੋਂ ਪਾਉਣੀ ਸੀ, ਬਾਈ ਕਹਿੰਦਾ ਹੁਣੇ ਪਾ ਦਿਓ। ਇੱਕ ਵਾਰੀ ਆਪਾਂ ਫਿਰ ਇਹਨੂੰ ਮਿਕਸ ਕਰ ਦੇਣਾ ਆ। ਫਿਰ ਤੁਸੀਂ ਖੋਲ੍ਹਣੀਆਂ ਨੇ ਸੇਵੀਆਂ ਜਿਹੜੀਆਂ ਇਹਦੇ ਨਾਲ ਆਈਆਂ, ਇਹਨਾਂ ਨੂੰ ਖੋਲ੍ਹਣ ਤੋਂ ਬਾਅਦ ਤੁਸੀਂ ਉੱਤੇ ਇਹਨਾਂ ਨੂੰ ਸਪ੍ਰਿੰਕਲ ਕਰ ਦੇਣਾ। ਸਾਰਾ ਕੁਛ ਕਰਨ ਤੋਂ ਬਾਅਦ ਰਹਿ ਗਈ ਇੱਕ ਮੇਨ ਚੀਜ਼, ਅਤੇ ਸਾਡਾ ਵੀ ਹਰ ਸਬਜ਼ੀ ਦੀ ਜਾਨ ਧਨੀਆ ਕਰੇ ਪਹਿਚਾਣ ਕੰਮ ਖਰਾਬ। ਬਾਈ ਜੀ ਬੇਲ ਪੂਰੀ ਇਜ਼ ਤਿਆਰ। ਅਤੇ ਚਲੋ ਹੁਣ ਆਪਾਂ ਇਹਨੂੰ ਸਰਵ ਕਰਕੇ ਮੰਮਾ ਨੂੰ ਪਹਿਲਾਂ ਟੇਸਟ ਕਰਾਉਂਦੇ ਹਾਂ, ਪੁੱਛਦੇ ਹਾਂ ਸਾਡੇ ਐਫਰਟਸ ਕਿੰਨੇ ਕਾਮਯਾਬ ਹੋਏ। ਹਾਂ ਸਾਡੇ ਚੀਫ ਗੈਸਟ ਨੂੰ ਪੁੱਛਦੇ ਹਾਂ ਕਿਵੇਂ ਦੀ ਲੱਗੀ ਉਹਨਾਂ ਨੂੰ। ਦਿਸ ਇਜ਼ ਗੋਇੰਗ ਟੂ ਮੀ ਮਾਮਾ, ਟੇਸਟ ਕਰੋ ਅਤੇ ਦੱਸੋ ਹਾਊ ਇਜ਼ ਇਟ। ਹਾਊ ਇਜ਼ ਇਟ ਮਾਮਾ? ਲੈਮਨ ਦੀ ਕਮੀ ਹੈ। ਲੈਮਨ? ਓ ਬਾਈ ਆਪਾਂ ਨਿੰਬੂ ਬਣਾਉਣਾ ਭੁੱਲ ਹੀ ਗਏ। ਅਤੇ ਬਾਈ ਹੁਣ ਗੱਲ ਇੱਦਾਂ ਹੈ ਕਿ ਇੱਕ ਮਿੰਟ ਸਿਮਰ ਐਡਾ ਹੁਸਨ ਲੁਕੋ ਛੱਡਿਆ ਮਾਮਾ। ਹਾਂ ਸੋਰੀ ਸਿਮਰ ਵਾਈਲ ਹੋ ਗਿਆ ਸੀ। ਅਤੇ ਬਾਈ ਜੀ ਜਿਵੇਂ ਆਪਾਂ ਪਲਾਨ ਕੀਤਾ ਆਪਾਂ ਹੁਣ ਤੋਂ ਐਵੇਂ ਕਰਨਾ, 15 ਡੇਜ਼ ਅਸੀਂ ਕੰਜੈਕਟਿਵ ਹੁਣ ਵਲੋਗਸ ਪਾਵਾਂਗੇ ਡੇਲੀ, ਅਤੇ ਜਿਹੜੇ ਜਿਹੜੇ ਟੋਪਿਕਸ ਤੁਹਾਨੂੰ ਲੱਗਦੇ ਆ ਕਿ ਸਾਨੂੰ ਕਵਰ ਕਰਨੇ ਚਾਹੀਦੇ ਆ ਵਲੋਗਸ ਵਿੱਚ, ਪਲੀਜ਼ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਮੁੰਡਿਓ।